ਤੂੰ ਲਪੇਟ ਬਾਹਰ ਅੰਦਰ ਇੱਧਰ ਨੂੰ ਆਉਣਾ ਤੁਸੀਂ ਬਾਹਰ ਅੰਦਰ ਕਿੰਨੇ ਸਮੇਂ ਤੋਂ ਇਹ ਕੰਮ ਹੋ ਰਿਹਾ ਤੁਹਾਡੇ? ਤਲਾਸ਼ੀ ਲੈ ਲਓ, ਤਲਾਸ਼ੀ ਕਾਹਲੀ ਲੈਣੀ ਆ? ਦੇਖੋ ਸਮਾਨ ਮਿਲਿਆ ਇੱਥੋਂ ਸਰ, ਕੁਛ ਨਹੀਂ ਨਾ ਉਹ ਸਮਾਨ, ਉਹ ਦੇਖੋ ਕਿੰਨਾ ਪਿਆ, ਸਾਨੂੰ ਕੋਈ ਪਤਾ ਨਹੀਂ ਅਸੀਂ ਇਹ ਕੰਮ ਕਰਦੇ ਦਿਸਾਂਗੇ ਵੀ ਤਾਂ ਸਰ ਜੀ ਕਿਉਂ ਸਾਨੂੰ ਖੜੀਆਂ ਹੋਈਆਂ, ਸਾਨੂੰ ਮਾਫੀ ਦਿਓ, ਬਾਹਰ ਬਹਿਣ ਲੱਗੀਆਂ ਉਹ ਪ੍ਰਸ਼ਾਸਨ ਨਾ ਕਰੋ। ਖੁੱਲੇ ਅਸਮਾਨ ਹੇਠ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਤੇ ਚੰਦ ਪੈਸਿਆਂ ਦੀ ਲਾਲਚ ਦੇ ਵਿੱਚ ਕੁਝ ਔਰਤਾਂ ਦੇ ਵੱਲੋਂ ਲੋਕਾਂ ਦੇ ਨਾਲ ਸਰੀਰਕ ਸੰਬੰਧ ਬਣਾਏ ਜਾ ਰਹੇ ਸੀ। ਤਾਂ ਦੱਸ ਦਈਏ ਕਿ ਜੋ ਹਵਸ ਦੇ ਭੁੱਖੇ ਲੋਕ ਸੀ ਉਹਨਾਂ ਦੇ ਵੱਲੋਂ ਇਹਨਾਂ ਔਰਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਤੇ ਇਹਨਾਂ ਦੀ ਸ਼ਿਕਾਇਤ ਜਦੋਂ ਪੁਲਿਸ ਤੱਕ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਛਾਪਾ ਮਾਰਿਆ ਜਾਂਦਾ, ਰੇਲਵੇ ਲਾਈਨਾਂ ਖੰਗਾਲ ਦਿੱਤੀਆਂ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਕਈ ਔਰਤਾਂ ਨੂੰ ਕਾਬੂ ਵੀ ਕੀਤਾ। ਤਾਂ ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਨਜ਼ਦੀਕ ਜੰਗਲ 'ਚ ਕੁਝ ਲੜਕੀਆਂ ਸਮੇਤ ਦਰਜਨ ਦੇ ਕਰੀਬ ਔਰਤਾਂ ਲਾਲਸਾ ਦੇ ਭੁੱਖੇ ਟਰੱਕ ਡਰਾਈਵਰਾਂ ਅਤੇ ਕੁਝ ਹੋਰ ਲੋਕਾਂ ਨਾਲ ਸ਼ਰੇਆਮ ਸਰੀਰਕ ਸੰਬੰਧ ਬਣਾ ਰਹੀਆਂ ਹਨ। ਇਹ ਔਰਤਾਂ 500 ਤੋਂ 2000 ਰੁਪਏ ਲੈ ਕੇ ਬਣਾਈ ਜਾ ਰਹੀ ਗੈਰ ਕਾਨੂੰਨੀ ਢੰਗ ਨਾਲ ਜਿਸਮਾਨੀ ਰਿਸ਼ਤੇ, ਇਹਨਾਂ ਨਾਲ ਬਿਨਾਂ ਕੋਈ ਸੁਰੱਖਿਆ ਨਾਲ ਸੰਬੰਧ ਬਣਨ ਤੋਂ ਬਾਅਦ ਅੱਗੇ ਜਾ ਕੇ ਆਪਣੇ ਪਰਿਵਾਰਾਂ ਵਿੱਚ ਇਹ ਗੰਦੀ ਬਿਮਾਰੀ ਫੈਲਾ ਰਹੇ ਹਨ। ਅੱਜ ਪੁਲਿਸ ਨੇ ਇਹਨਾਂ ਔਰਤਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਚੇਤਾਵਨੀ ਦੇ ਕੇ ਛੱਡ ਦਿੱਤਾ। ਫੜੇ ਜਾਣ ਤੋਂ ਬਾਅਦ ਔਰਤਾਂ ਨੇ ਜੋ ਸਭ ਤੋਂ ਵੱਡਾ ਖੁਲਾਸਾ ਕੀਤਾ ਉਹ ਇਹ ਸੀ ਕਿ ਉਹ ਇਹ ਦੇਹ ਵਪਾਰ ਦੇ ਧੰਦੇ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆਉਂਦੀਆਂ, ਸਗੋਂ ਆਪਣੇ ਪਤੀ ਵੱਲੋਂ ਭੇਜੀਆਂ ਜਾਂਦੀਆਂ ਹਨ, ਜੋ ਸਾਰਾ ਦਿਨ ਬਿਨਾਂ ਕੋਈ ਕੰਮ ਕੀਤੇ ਘਰ ਦੇ ਵਿੱਚ ਹੀ ਬਿਸਤਰੇ 'ਤੇ ਪਏ ਰਹਿੰਦੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲੌਰ ਤੋਂ ਜਲੰਧਰ ਨੂੰ ਜਾਂਦੇ ਨੈਸ਼ਨਲ ਹਾਈਵੇ 'ਤੇ ਕੁਝ ਔਰਤਾਂ ਖੁੱਲ੍ਹੇ ਅਸਮਾਨ ਹੇਠ ਦੇਹ ਵਪਾਰ ਦਾ ਧੰਦਾ ਚਲਾ ਰਹੀਆਂ ਸਨ, ਜਿਨ੍ਹਾਂ 'ਚੋਂ ਕੁਝ ਲੜਕੀਆਂ ਵੀ ਇਹਨਾਂ 'ਚ ਸ਼ਾਮਲ ਹੋ ਗਈਆਂ। ਕੁਝ ਔਰਤਾਂ ਨੇ ਜੰਗਲ ਦੇ ਅੰਦਰ ਡੇਰਾ ਲਾਇਆ ਹੋਇਆ, ਜਦਕਿ ਕੁਝ ਔਰਤਾਂ ਨੇ ਰੇਲਵੇ ਲਾਈਨ ਨੇੜੇ ਢਾਬਿਆਂ ਦੇ ਪਿੱਛੇ ਡੇਰਾ ਲਾਇਆ ਹੋਇਆ। ਇਹਨਾਂ ਔਰਤਾਂ ਦਾ ਧਿਆਨ ਉਹਨਾਂ ਨੌਜਵਾਨ ਮੁੰਡਿਆਂ 'ਤੇ ਰਹਿੰਦਾ ਜੋ ਘਰੋਂ ਘੁੰਮਣ ਨਿਕਲਣ ਅਤੇ ਇਹਨਾਂ ਢਾਬਿਆਂ 'ਤੇ ਰੁਕ ਰੁਕ ਕੇ ਖਾਣਾ ਖਾਂਦੇ ਹਨ। ਉਹਨਾਂ ਨਾਲ ਦੋਸਤੀ ਕਰਕੇ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੀਆਂ ਹਨ। ਦੂਜਾ ਸ਼ਿਕਾਰ ਇਹ ਟਰੱਕ ਡਰਾਈਵਰਾਂ ਦਾ ਕਰਦੀਆਂ ਹਨ। ਉਹਨਾਂ ਨੂੰ ਹੱਥ ਦੇ ਕੇ ਉਹਨਾਂ ਨਾਲ ਮਿਲੀ ਭੁਗਤ ਕਰਕੇ ਉਹਨਾਂ ਨਾਲ ਸਰੀਰਕ ਸੰਬੰਧ ਬਿਨਾਂ ਕੋਈ ਸੁਰੱਖਿਆ ਤੋਂ ਬਣਾ ਲੈਣਗੀਆਂ। ਉਹਨਾਂ ਦਾ ਰੇਟ 500 ਤੋਂ 2000 ਰੁਪਏ 'ਚ ਗਾਹਕ ਨੂੰ ਦੇਖ ਕੇ ਹੀ ਉਹਨਾਂ ਮੁਤਾਬਿਕ ਰੇਟ ਤੈਅ ਹੋ ਜਾਂਦਾ। ਰਿਸ਼ਤਾ ਰੱਖਣ ਵਾਲੀ ਕਿਸੇ ਵੀ ਔਰਤ ਜਾਂ ਵਿਅਕਤੀ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਉਹ ਏਡਸ ਤੋਂ ਪੀੜਿਤ ਹੈ ਜਾਂ ਨਹੀਂ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਔਰਤਾਂ ਅਤੇ ਕੁੜੀਆਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਜੋ ਸਰੀਰਕ ਸੰਬੰਧ ਬਣਾਉਂਦੇ ਹਨ ਉਹ ਕਾਮ ਵਾਸਨਾ ਦੇ ਭੁੱਖੇ ਹੁੰਦੇ ਹਨ। ਅਜਿਹਾ ਕਰਨ ਵਾਲੇ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਉਸਨੂੰ ਇਸ ਪ੍ਰਕਿਰਿਆ ਵਿੱਚ HIV ਸਕਾਰਾਤਮਕ ਹੋ ਜਾਂਦਾ ਹੈ ਤਾਂ ਉਹ ਇਸ ਬਿਮਾਰੀ ਨਾਲ ਘਰ ਬੈਠੀ ਆਪਣੀ ਪਤਨੀ ਨੂੰ ਵੀ ਲਾ ਦੇਵੇਗਾ। ਤਾਂ ਪੁਲਿਸ ਨੂੰ ਲਗਾਤਾਰ ਇਹਨਾਂ ਗੱਲਾਂ ਦੀ ਸ਼ਿਕਾਇਤਾਂ ਮਿਲ ਰਹੀਆਂ ਸੀ, ਅਤੇ ਜਿਸ ਤੋਂ ਬਾਅਦ ਪੁਲਿਸ ਕਾਰਵਾਈ ਕਰਨ ਦੇ ਉੱਤੇ ਜਦੋਂ ਉਤਰੀ ਤਾਂ ਪੁਲਿਸ ਨੇ ਰੇਲਵੇ ਲਾਈਨ 'ਤੇ ਛਾਪਾ ਮਾਰਿਆ ਅਤੇ ਕਈ ਔਰਤਾਂ ਨੂੰ ਕਾਬੂ ਵੀ ਕੀਤਾ। ਹਾਲਾਂਕਿ ਇਸ ਦੌਰਾਨ ਵਾਰਨਿੰਗ ਦੇ ਕੇ ਪੁਲਿਸ ਦੇ ਵੱਲੋਂ ਛੱਡ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਜੇਕਰ ਹੁਣ ਉਹ ਇੱਥੇ ਇਹ ਗਲਤ ਕੰਮ ਕਰਦੀਆਂ ਫੜੀਆਂ ਗਈਆਂ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਨਹੀਂ ਸਰ, ਅਸੀਂ ਇਦਾਂ ਦੇ ਨਹੀਂ ਹੈਗੇ ਆ ਸਰ। ਲੈ ਦੱਸ ਤੁਸੀਂ ਸਾਡੀ ਵੀਡੀਓ ਨੂੰ ਮਿੰਟ ਨਾਲੇ ਬਣਾਓ। ਮੈਡੀ ਤੇ ਕਰੋ ਸਰ, ਬੇਇੱਜ਼ਤੀ ਬਹੁਤ ਮਾਰਨ ਵਾਲਾ ਕੰਮ ਹੋ ਜਾਣਾ ਸਰ। ਵਿਆਹ ਹੋਇਆ, ਮਰਨੇ ਵਾਲਾ ਅਕਲ ਵਾਲੀ ਕੰਮ ਨਹੀਂ ਕਰੀਦੇ। ਠੀਕ ਕਰਨਾ ਉਹਦਾ ਕਿਹੜੀ ਜਗ੍ਹਾ ਤੋਂ ਫਲੋਰ ਤੋਂ ਆਪਣੇ ਦੁਕਾਨ ਦੇ ਤਾਸ਼ਾ ਮੰਡੀ ਅਸੀਂ ਮੁੜ ਕੇ ਇੱਧਰ ਦਿਸਾਂਗੇ ਤਾਂ ਤੁਸੀਂ ਇੱਕ ਵਾਰੀ ਤਾਂ ਰੱਬ ਵੀ ਮਾਫ ਕਰ। ਬੱਚੇ ਆ ਛੋਟੇ ਛੋਟੇ ਸਰ ਜੀ, ਮੇਰਾ ਚਾਚਾ, ਇੱਕ ਮੇਰਾ ਮੁੰਡਾ ਪੂਰਾ ਹੋ ਗਿਆ ਜੀ, ਮਹੀਨਾ ਹੋ ਗਿਆ, ਤਸ਼ੀਲੇ ਵਿੱਚ ਆਣਾ।